ਲਾਵ ਵਰ ਗਿਆ ਆਲੋ ਦੀਦੀ ਇਹ ਲਾਵ ਵੇਖ ਆ ਲਾਵ ਲੱਗ ਰਿਹਾ ਦੁਨੀਆ ਦੇ ਆਰਾਮ ਨਾਲ ਫ੍ਰੀ ਦੇਣੇ ਭਾਈ ਹਨਾ सब्सक्राइब जरूर करो ते व्लॉग च कमेंट जरूर कर दिया करो ते आज अपना जी पहला दिन कैनेडा च आप इन्हां लेके चले वॉलमार्ट सब तो इंपॉर्टेंट सेंटर सो वॉलमार्ट सिम वगैरह लवेंगे सिम कार्ड अप्लाई करना है क्योंकि इन्हें तो एयरपोर्ट तो सिम अप्लाई नहीं करया है ना ते बारिश हो रही है एक सच और चीज पूछनी सी इमीग्रेशन ते जिवें स्पाउस वीजे ते आया बहुत लोगों के क्वेश्चन आते हैं कि इमीग्रेशन ते की क्वेश्चन पूछे है ना की पूछा से आंदे हो इमीग्रेशन ते पहला ते जो आप एयरपोर्ट तो निकलने जो स्टूडेंट ने उन्होंने वखरा रोक लेंगे जिन्होंने को वर्क वीजा ज हो अगे लंघ जो अगे मशीन लगिया ने उत्थे पासपोर्ट स्कैन हों एक स्लिप निकलती है उस तो बाद अगे जाके एंटर कर देने ਉਥੇ ਆਪਾਂ ਨੂੰ ਨਾਰਮਲ ਜਿਹਾ ਗੱਲ ਪੁੱਛਦੇ ਨੇ ਵੀ ਜਿੱਦਾਂ ਤੁਸੀਂ ਐਂਟਰ ਕੀਤਾ ਨਾ ਆਪਾਂ ਕਿਵੇਂ ਕੁਐਸਚਨ ਕੀ ਪੁੱਛਿਆ ਵੀ ਤੁਹਾਡੇ ਉਥੇ ਮੈਂ ਤਾਂ ਪੁੱਛਿਆ ਵੀ ਕਿੱਥੇ ਰਹਿੰਦੇ ਤੁਹਾਡੀ ਵਾਈਫ ਕਿੱਥੇ ਰਹਿੰਦੀ ਹੈ ਮੈਂ ਐਡਰੈਸ ਦੱਸਿਆ ਫਿਰ ਉਹ ਜਿਹੜਾ ਪੇਪਰ ਹੁੰਦਾ ਉਹ ਤੇ ਸਿੱਧਾ ਵਾਈ ਟਿਕ ਕਰ ਦਿੰਦੇ ਨੇ ਉਸ ਤੋਂ ਬਾਅਦ ਅੱਗੇ ਫਿਰ ਇਮੀਗ੍ਰੇਸ਼ਨ ਵਾਲੀ ਲਾਈਨ 'ਚ ਲੱਗ ਜਾਂਦੇ ਨੇ ਉਥੇ ਫਿਰ ਲਾਈਨ ਦੇ ਬਾਅਦ ਜਦੋਂ ਮੇਰਾ ਨੰਬਰ ਆਇਆ ਉਥੇ ਫਿਰ ਮੈਂ ਤਾਂ ਪੁੱਛਿਆ ਵੀ ਤੁਸੀਂ ਵਰਕ ਵੀਜ਼ੇ ਤੇ ਹੋ ਇੰਗਲਿਸ਼ 'ਚ ਵੀ ਵਰਕ ਕਰਨ ਚਲੋ ਮੈਂ ਮੇਰੀ ਵਾਈਫ ਹੈ ਉੱਥੇ ਕਹਿੰਦਾ ਓਕੇ ਓਕੇ ਕਹਿੰਦਾ ਵਾਈਫ ਦਾ ਵਰਕ ਪਰਮਿਟ ਵਿਖਾਓ ਬਾ ਵਰਕ ਪਰਮਿਟ ਵਿਖਾਇਆ ਤੇ ਮੈਨੂੰ ਕਹਿੰਦਾ ਵੇਟ ਕਰੋ ਵੀ ਆਈ ਕਾਲ ਯੂ ਤੇ ਉਸ ਤੋਂ ਬਾਅਦ ਮੈਂ ਵੇਟ ਕੀਤੀ 10 15 20 ਮਿੰਟ ਤੇ ਉਸ ਤੋਂ ਮੁੜ ਕੇ ਫਿਰ ਬੋਲ ਦਿੰਦੇ ਸਪੀਕਰ ਦੇ ਵਿੱਚ ਵੀ ਲਾਪੀ ਸਿੰਘ ਆਓ ਸੋ ਬੇਸਿਕਲੀ ਮਤਲਬ ਜ਼ਿਆਦਾ ਕੁਐਸਚਨ ਨਹੀਂ ਪੁੱਛਿਆ ਨਾ ਜਸਟ ਆਪਣੀ ਸਪਾਊਸ ਦੀ ਫੁੱਲ ਡਿਟੇਲਸ ਪਤਾ ਹੋਣੀ ਚਾਹੀਦੀ ਹੈ ਜੇ ਕੋਈ ਵੀ ਆਉਂਦਾ ਬੰਦਾ ਉਹਦੇ ਕੋਲ ਮੈਰਿਜ ਸਰਟੀਫਿਕੇਟ ਵਰਕ ਪਰਮਿਟ ਬਾਇਓਮੈਟ੍ਰਿਕ ਇਹ ਆਪਦਾ ਫੋਨ ਦੇ ਵਿੱਚ ਰੱਖੋ ਚਾਹੇ ਡਾਕੂਮੈਂਟ ਇਹ ਕੋਲ ਹੋਣੇ ਚਾਹੀਦੇ ਇੰਡੀਆ ਵੀ ਐਮਬੈਸੀ ਜਦੋਂ ਕਲੀਅਰ ਕਰਦੇ ਨੇ ਉੱਥੇ ਵੀ ਪੁੱਛ ਦੇਣ ਸਾਰਾ ਹਾਂ ਇਹਨੂੰ ਰੋਕ ਲਿਆ ਸੀ ਇਹਦੇ ਕੋਲ ਨਾ ਆਪਣਾ ਬਾਇਓਮੈਟ੍ਰਿਕ ਵਾਲਾ ਲੈਟਰ ਨਹੀਂ ਸੀ ਹੈਗਾ ਸੋ ਉਹਨਾਂ ਨੇ ਕਿਹਾ ਕਿ ਉਹਦੇ ਤੇ ਬਾਇਓਮੈਟ੍ਰਿਕ ਲੈਟਰ ਚਾਹੀਦਾ ਫਿਰ ਆਪਾਂ ਪੀਡੀਐਫ ਇਹਨੂੰ ਸੈਂਡ ਕੀਤਾ ਸੀ ਫੋਨ ਤੇ ਅਵੇਲੇਬਲ ਹੋ ਗਿਆ ਚਲੋ ਸਰ ਗਿਆ ਬਟ ਵੀ ਤੁਸੀਂ ਸੇਫਰ ਸਾਈਡ ਹੈ ਨਾ ਆਪਣਾ ਮੈਰਿਜ ਸਰਟੀਫਿਕੇਟ ਆਪਣੀ ਵਾਈਫ ਦਾ ਪਾਸਪੋਰਟ ਵਰਕ ਪਰਮਿਟ ਵਾਈਫ ਦਾ ਇਹ ਬਾਇਓਮੈਟ੍ਰਿਕ ਜਾਂ 4-5 ਜਿਹੜੇ ਮੈਡੀਕਲ ਵੀ ਮੈਡੀਕਲ ਦਾ ਇਹ ਇਸ਼ੂ ਨਹੀਂ ਚਲੋ 4-5 ਜਿਹੜੇ ਵੀ ਕਾਮਨ ਡਾਕੂਮੈਂਟ ਨੇ ਆਪਣੇ ਫੋਨ 'ਚ ਰੱਖਣੇ ਚਾਹੀਦੇ ਨੇ ਇਸ ਸਪਾਊਸ ਵੀਜ਼ਾ ਮਤਲਬ ਇੰਡੀਆ ਦਿੱਲੀ ਤੋਂ ਹੀ ਇਹ ਸਾਰੇ ਅੱਗੇ ਸਗੋ ਕੈਨੇਡਾ ਇਮੀਗ੍ਰੇਸ਼ਨ ਨੇ ਕੈਨੇਡਾ ਘੱਟ ਪੁੱਛਿਆ ਦਿੱਲੀ ਜ਼ਿਆਦਾ ਕਿਦਾਂ ਡਾਕੂਮੈਂਟਸ ਦਿੱਲੀ ਜ਼ਿਆਦਾ ਮੰਗਦੇ ਨੇ ਤੇ ਇੱਕ ਸਾਡੇ ਘਰ 'ਚ ਸਟੂਡੈਂਟ ਵੀ ਆਏ ਨੇ ਆਪਾਂ ਉਹਨਾਂ ਨੂੰ ਪੁੱਛਨੇ ਆਓ ਜੀ ਹਾਂਜੀ ਇਹ ਆਏ ਨੇ ਸਟੂਡੈਂਟ ਤੁਹਾਡੇ ਤੋਂ ਕੀ ਕੁਐਸਚਨ ਪੁੱਛੇ ਮੇਰੇ ਤੋਂ ਕੁਝ ਨਹੀਂ ਪੁੱਛਿਆ ਬਸ ਜਦੋਂ ਨਹੀਂ ਪਹਿਲਾਂ ਦੱਸਣਾ ਵੀ ਜਦੋਂ ਉਤਰਨੇ ਲੈਣ ਤੋਂ ਲੱਗੋ ਥੋੜਾ ਨਹੀਂ ਨਹੀਂ ਕੁਐਸਚਨ ਦੱਸ ਦੋ ਬਸ ਦੇਖੋ ਸਟੂਡੈਂਟਾਂ ਦੀ ਅੱਡ ਲੈਣ ਹੁੰਦੀ ਏ ਉਹ ਫਾਰਮ ਜਿਹਾ ਭਰ ਕੇ ਅੰਦਰ ਲੈ ਜਾਂਦੇ ਨੇ ਤੇ ਫਿਰ ਡਾਕੂਮੈਂਟ ਲੈ ਕੇ ਸਾਨੂੰ ਤੇ ਉਹ ਕਰਤਾ ਸੀ ਮਤਲਬ ਬਾਤ ਆ ਸੀ ਕੀ ਕੀ ਡਾਕੂਮੈਂਟਸ ਮੰਗੇ ਸਨ ਤੁਹਾਡੇ ਤੋਂ ਇਮੀਗ੍ਰੇਸ਼ਨ ਇੱਥੇ ਲੈਟਰ ਆਫ ਇੰਟਰੋਡਕਸ਼ਨ ਸੀ ਤੇ ਇੱਕ ਉਹ ਫਾਰਮ ਜਿਹੜਾ ਭਰੀਦਾ ਹੈ ਡੈਕਲੇਰੇਸ਼ਨ ਦਾ ਤੇ ਇੱਕ ਪਾਸਪੋਰਟ ਹੁੰਦਾ ਹੈ ਬਸ ਇਹ ਲੈ ਕੇ ਉਹਨਾਂ ਨੇ ਬਸ ਵੇਟ ਕਰ ਲਈ ਕੁਐਸਚਨ ਪੁੱਛੇ ਸਨ ਕੋਈ ਤੁਹਾਡੇ ਤੋਂ ਵੀ ਦਾ ਡਿਟੇਲ ਦੱਸੋ ਕਾਲਜ ਬਾਰੇ ਮੇਰੇ ਤੋਂ ਨਹੀਂ ਪੁੱਛਿਆ ਸਟੂਡੈਂਟਾਂ ਤੋਂ ਪੁੱਛਦੇ ਹਨ ਮਤਲਬ ਕੀ ਪੁੱਛਦੇ ਸਨ ਵੀ ਕਾਲਜ ਦਾ ਨਾਮ ਪੁੱਛਦੇ ਹਨ ਕੈਂਪਸ ਕਾਲਜ ਦਾ ਨਾਮ ਠੀਕ ਹੈ ਕੈਂਪਸ ਪੁੱਛ ਲਿਆ ਜਾਂ ਫੀਸ ਪਾਸੇ ਤੋਂ ਬਾਅਦ ਤੇ ਕਿਸੇ ਤੋਂ ਨਹੀਂ ਪੁੱਛਿਆ ਉਹਨਾਂ ਨੇ ਠੀਕ ਹੈ ਕੋਮਨ ਜੀ ਗੱਲਾਂ ਬਾਕੀ ਇਦਾਂ ਇੱਕ ਕਈਆਂ ਤੋਂ ਮੈਂ ਮਤਲਬ ਉੱਥੇ ਦੱਸ ਰਹੇ ਸਨ ਵੀ ਇਹ ਵੀ ਪੁੱਛ ਲੈਂਦੇ ਨੇ ਕਿ ਤੁਸੀਂ ਇੰਡੀਆ ਵਾਪਸ ਕਦੋਂ ਜਾਓਗੇ ਇੰਡੀਆ ਵਾਪਸ ਕਦੋਂ ਜਾਓਗੇ ਸੋ ਆਪਣਾ ਵੀਜ਼ਾ ਨਾ ਪਤਾ ਹੋਏ ਵੀ ਆਪਾਂ ਇੰਨੀ ਤਰੀਕ ਨੂੰ ਇੰਡੀਆ ਜਾਣਾ ਹੈ ਆਪਾਂ ਕਹਿ ਸਕਦੇ ਹਾਂ ਕਿ ਸਟੱਡੀ ਵੀਜ਼ੇ ਤੋਂ ਜਿਵੇਂ ਮੇਰਾ ਖਤਮ ਹੋਏ ਤਾਂ ਮੈਂ 2-4 ਖਤਮ ਤੋਂ ਬਾਅਦ ਆਪਾਂ ਇੰਡੀਆ ਵਾਪਸ ਚਲ ਜਾਂਗੇ ਇਦਾਂ ਹੀ ਕੁਐਸਚਨ ਪੁੱਛੇ ਸਨ ਨਾ ਜੋ ਵੀ ਆਪਣਾ ਲਾਸਟ ਡੇਟ ਹੈ ਜਿੱਦਾਂ ਮੇਰਾ 3 ਸਾਲ ਦਾ ਵਰਕ ਪਰਮਿਟ ਹੈ ਤੇ ਅਵਰ ਕਹਿ ਤੋ ਵੀ ਮੈਂ 2 ਸਾਲ ਬਾਅਦ ਚਲ ਜਾਗਾ ਜਾਂ 2.5 ਸਾਲ ਬਾਅਦ ਉਦੋਂ ਤੁਸੀਂ 2-4 ਮਹੀਨੇ 6 ਮਹੀਨੇ ਪਹਿਲਾਂ ਹੀ ਦੱਸ ਦਿਓ ਵੀ ਮੈਂ ਵਾਪਸ ਚਲ ਜਾਣਾ ਜੇ ਉਹ ਰੀਜ਼ਨ ਪੁੱਛਦੇ ਨੇ ਵੀ ਕਿਉਂ ਜਾਣਾ ਹੈ ਵੀ ਤੁਸੀਂ ਦੱਸ ਸਕਦੇ ਹੋ ਵੀ ਮੇਰਾ ਪਿੱਛੇ ਫੈਮਿਲੀ ਹੈ ਮੇਰਾ ਬਿਜ਼ਨਸ ਹੈ ਤਾਂ ਮੈਂ ਜਾਣਾ ਹੈ ਤੇ ਏਅਰਪੋਰਟ ਤੇ ਸਿਨ ਨੰਬਰ ਬਣ ਜਾਂਦੇ ਜੇ ਕਿਸੇ ਦਾ ਜਿਵੇਂ ਕੱਲ ਸੈਟਰਡੇ ਸੀ ਇਸ ਕਰਕੇ ਉਹ ਬੰਦ ਸੀ ਇਹਦਾ ਬਣ ਨਹੀਂ ਪਾਇਆ ਪਰ ਪਾਲ ਦਾ ਸਿਨ ਨੰਬਰ ਬਣ ਗਿਆ ਹਨਾ ਉੱਥੇ ਹੀ ਏਅਰਪੋਰਟ ਤੇ ਆਪਾਂ ਸਿਨ ਨੰਬਰ ਵੀ ਅਪਲਾਈ ਕਰ ਸਕਦੇ ਬਟ ਉੱਥੇ ਬੈਟਰ ਹੈ ਅਗਰ ਏਅਰਪੋਰਟ ਤੋਂ ਹੀ ਤੁਸੀਂ ਲੈ ਕੇ ਆਉਂਦੇ ਹੋ ਕਿਉਂਕਿ ਸਭ ਨੂੰ ਪਤਾ ਹੀ ਆ ਬਾਹਰ ਬਹੁਤ ਵੱਡੀਆਂ-ਵੱਡੀਆਂ ਲਾਈਨਾਂ ਹੁੰਦੀਆਂ ਨੇ ਤੇ ਉੱਥੋਂ ਆਪਣਾ ਬਣਵਾ ਕੇ ਆਓ ਬਾਕੀ ਪ੍ਰੋਸੈਸ ਆਪਾਂ ਦੱਸਾਂਗੇ ਉਹਦਾ ਏਅਰਪੋਰਟ ਤੋਂ ਬਣ ਚੁੱਕਿਆ ਹੈ ਇਹਦਾ ਬਣਿਆ ਨਹੀਂ ਇਹਦਾ ਬਣਾਉਣ ਕਿ ਜਾਵਾਂਗੇ ਅੰਦਰ ਮੈਂ ਤੈਨੂੰ लो जी हुण असीं चले आ वॉलमार्ट ते कैब साडी आ गई आ क्योंकि बारिश बहुत हो रही है फिर आपां कैब ते चले आ हेलो आई एम गुड गड्डी बड़ी तगड़ी मंगाई है जी जी असीं पहुंच गए हां वॉलमार्ट एंट्री करो वीर जी एंट्री करनी है पर आ नहीं जाना हैगा
ਕਿੰਨੇ ਦੇ ਨੇ ਆ ਵੇਖ ਇੱਥੇ ਰੇਟ ਲਿਖੇ ਹੁੰਦੇ ਥੱਲੇ ਇਹ ਲਾਲਾ ਵੀ $2 ਤੇ 47 ਸੈਂਟ ਹਾਂ ਹੈ ਇੱਧਰ ਵੇਖੋ ਰਾਓ ਗੋਭੀ ਆ ਫੁੱਲੇ ਕਿੰਨੇ ਦਾ ਇਹ ਹੈਗਾ $4 ਸੈਂਟ ਦਾ $5 ਰਹੀ ਹੈ 99 ਸੈਂਟ ਇੱਕ ਫੁੱਲ $5 ਦਾ ਹਾਂ ਅੱਛਾ ਜੀ $300 ਦਾ 300 ਰੁਪਏ ਦਾ ਇੱਕ ਫੁੱਲ ਹੈ ਆ ਖੀਰੇ ਨੇ ਨਾ ਇਹ ਖੀਰੇ ਨਹੀਂ ਹੈਗੇ ਆ ਵੇਖ ਹਰੀਆਂ ਮਿਰਚਾਂ ਨੇ $2 ਦੀਆਂ ਨੇ 120 ਦੀਆਂ ਜਿਹੜੀ ਇੰਡੀਆ ਆਪਾਂ ਫ੍ਰੀ ਲਈ ਦੀਆਂ ਨੇ ਇਹ ਇੰਨੀਆਂ ਮਿਰਚਾਂ ਦੇ ਸਬਜ਼ੀ ਵਾਲੇ ਭਾਈ ਨਾ ਬੀਬੀਆਂ ਦੇ ਲੜ ਕੇ ਫ੍ਰੀ ਲੈ ਸੀ ਵਾਲੇ ਇਹ ਇਥੇ ਨੇ $2 ਮਤਲਬ 120 ਰੁਪਏ ਦੀਆਂ ਇੱਕ ਲੈ ਲਓ ਉਧਰੋਂ ਲਿਆਵਾਂਗੇ ਫਿਰ ਖੁੱਲੀਆਂ ਸੀਤਾ ਫਲ ਇਹਦੀ ਸਟੋਰੀ ਪਤਾ ਇਹ ਦੀ ਸੀਤਾ ਫਲ ਇਹ ਸੀਤਾ ਇਹ ਵੀ ਸੀਤਾ ਜਿਹੜਾ ਅਮਰਿੰਦਰ ਸਿੰਘ ਆਂਦਾ ਇਹ ਕਿੰਨੇ ਦਾ ਪਤਾ ਕੈਪਟਨ ਅਮਰਿੰਦਰ ਸਿੰਘ ਆਂਦਾ ਇਹ ਕਿੰਨੇ ਦਾ ਹੈ ਇਹ $5 $6 ਦੀ ਇਹ ਹਾਂ ਇੰਡੀਆ ਕਿੰਨੇ ਦਾ ਹੁੰਦਾ ਇੰਡੀਆ ਵੀ ਮਹਿੰਗਾ ਹੀ ਹੈ ਤੇ ਸੀਤਾ ਫਲ ਇੰਨਾ ਮਹਿੰਗਾ ਨਹੀਂ ਹੈਗਾ ਹਾਂ ਪਰ ਮਹਿੰਗਾ ਹੀ ਹੈ ਹਾਂ ਉਹ ਹੀ ਡੈਗਰ ਫਰੂ ਹਾਂ ਖਾਣਾ ਨਾ ਟੇਸਟੀ ਨਹੀਂ ਹੈਗਾ ਹੁੰਦਾ ਸਿਹਤ ਲਈ ਵਧੀਆ ਹੈ $1 अंब स्वाद वाले ये अंब लाला जी आप एक लवेंगे एक अंब ही $97 का 97 सेंट नहीं पांच बड़े ने चार ही बड़े ने पांच ले लेने चाहिए इन्हें की करने नहीं चार ये पक्कन गए पहले पक्के ही नहीं कटे ये सब्जी वाले कह लेने ये सब्जी बनाने वाले ने सब्जी बनदी है नारी हां आ उधर इंडिया जिले बंदा ले आ जाना पक जानगे ना ये पक्कन वाले भी होते हैं पर ये सब्जी बनाने वाले ने मतलब सारा इंडिया इधर कनाडा च होती फसल कनाडा च बाकी डिपोर्ट भी होता होना ਇਹ ਅਲੱਗ ਅਲੱਗ ਤਰ੍ਹਾਂ ਦੇ ਐਪਲ ਨੇ ਇੱਥੇ 4-5 ਤਰ੍ਹਾਂ ਦੇ ਨੇ ਇੱਕ ਰੇਟ ਇੱਕੋ ਹੀ ਹੈ ਰੇਟ ਉਹ ਹੀ ਆ ਲੈ ਕੇ ਜਾਂਦੇ ਨੇ ਰਜਾਈਆਂ ਵਾਲੇ ਰਜਾਈਆਂ ਵਾਲੇ ਐਪਲ $3 ਦੇ ਨੇ ਲਾ ਲੈ ਵੀ $5 ਦੇ ਕਿਲੋ ਨੇ 5 ਦੇ ਕਿਲੋ 5.5 ਇੱਥੇ ਵੀ 3 ਤਰ੍ਹਾਂ ਦੇ ਸੇਬ ਆਉਂਦੇ ਨੇ 4 ਤਰ੍ਹਾਂ ਦੇ 5 1 2 3 4 5 6 7 ਸੇਬੀਆਂ ਵੀ ਨੇ ਕੁਝ थोड़ा जा बस चाह वास्ते ही लैणा आपां अदरक इंडिया च बीबी आंदी ने भी फ्री दे दे भाई चाह जो अदरक ਪਾਲਕ ਪਰ ਇਸ ਇੰਡੀਆ ਵਰਗਾ ਨਹੀਂ ਬੰਦਾ ਇੰਡੀਆ ਵਰਗਾ ਬਸ ਆਵੇਲਾ ਇੰਨਾ ਕੋ ਧਨੀਆ ਤੇ ਫ੍ਰੀ ਮਿਲਦਾ ਇਦੋਂ ਜ਼ਿਆਦਾ ਹੀ ਮਿਲਦਾ ਧਨੀਆ ਆਰਾਮ ਨਾਲ ਹਨਾ ਇਹ ਕਿੰਨੇ ਦਾ $2 ਦਾ $1.5 ਇੰਨਾ ਕੋ ਧਨੀਆ ਜੋ ਆਰਾਮ ਨਾਲ ਫ੍ਰੀ ਦੇਣੇ ਨੇ ਭਾਈ ਹਨਾ ਇਹ ਬੀਫਾਂ ਨੇ ਹਲਾਲ ਮੀਟ ਕੁੱਕੜ ਦੇ ਆ ਜਾ ਚੱਲ ਕਿਹੜੇ ਸੈਕਸ਼ਨ ਚ ਵੜ ਗਿਆ ਦਹੀਂ ਆਣੇ ਦਹੀਂ ਵਾਲਾ ਸੈਕਸ਼ਨ ਹੋ ਗਿਆ ਇਹਦੇ ਉੱਪਰ ਨਾ ਸਾਰਾ ਲਿਖਿਆ ਹੁੰਦਾ ਆ ਵੀ ਕਿਹੜੇ ਸੈਕਸ਼ਨ 'ਚ ਤੁਸੀਂ ਜਾਣਾ ਹੈ ਹਾਂ ਤੇ ਵਧੀਆ ਹੁੰਦੇ ਨੇ ਐਕਟੀਵਿਆ ਦੇ ਆਹ ਵਾਲਾ ਲੈ ਲੈ ਹਾਂ ਕੀ ਨੇ ਦਹੀਂ ਫਲੇਵਰ ਵਾਲਾ ਅੱਛਾ ਫਲੇਵਰ ਵਾਲਾ ਕਿਵੇਂ ਮਿੱਠਾ ਹੋਏਗਾ ਨਾ ਸਵਾਦ ਹੁੰਦਾ ਮਿੱਠਾ ਇਹਦੇ 'ਚ ਪਾਣੀ ਹੈ ਉਹ ਪਾਣੀ ਲੈਣੇ ਆ ਪਹਿਲਾਂ ਅਸੀਂ ਟਰੋਲੀ ਲਈ ਨਹੀਂ ਤੇ ਹੁਣ ਸਾਨੂੰ ਲੋੜ ਪੈ ਗਈ ਟਰੋਲੀ ਦੀ ਸਮਾਨ ਜ਼ਿਆਦਾ ਆ ਲੈ ਆ ਜੇ ਸਿੱਕਾ ਬਾਹਰ ਨਿਕਲਦੀ ਐ ਇਸ ਤਰ੍ਹਾਂ ਜੇ ਕੀ ਗਿਆ ਫਿਰ टैडी बियर अपने वर्गा ने तेरे वर्गे किन्ने बचपन सिर सुट के बैठा रहा हुंदा सी।
तू इत लग जा एक सेल लाके $3 की रख हर चीज मिलती है जे किसी ने स्वेटर उन्ने होने उन्ना पसंद करोगे कोटियां टूटी तो कैनेडियन टायर तो मिलनी है टूटी ला के तुम विखावे लाभ टूटी चाहिए लाभ कहना मैं टूटी लैनी लैनी है मैं तो इंडिया वापस तुर जाने टूटी ला हाँ जी सो असी आ गए साई शॉपिंग करके रिलैक्स करके हुण टाइम हो रहा है आई थिंक 7:30 हो गए ने हाँ सो हुण आपां गुरु घर चले हां मत्था टेक के आवांगे हवा बहुत ठंडी चल रही है ते आपां गुरुद्वारे जावांगे दुध चढ़ा के आवांगे ते लंगर खा के आवांगे उधर जाना भी जरूरी है ना मत्था टेक के लंगर भी छकांगे ते फिर असी आवांगे जी वापस बाकी गुरु घर दे दर्शन करावांगे बने रहो ते व्लॉग नू सब्सक्राइब जरूर कर लियो चैनल नू